ਕੈਪਟਨ ਸਾਹਿਬ ਨਾਲ ਵੀ ਮੇਰੀ ਦੋਸਤੀ ਹੈ, ਉਹਨਾਂ ਨਾਲ ਵੀ ਪਟਿਆਲਾ ਪੈਕ ਮਾਰੂੰਗਾ। ਕੈਪਟਨ ਸਾਹਿਬ ਨਾਲ ਵੀ ਮੇਰੀ ਦੋਸਤੀ ਹੈ, ਉਹਨਾਂ ਨਾਲ ਵੀ ਪਟਿਆਲਾ ਪੈਕ ਮਾਰੂੰਗਾ। ਕੈਪਟਨ ਸਾਹਿਬ ਨਾਲ ਵੀ ਮੇਰੀ ਦੋਸਤੀ ਹੈ, ਉਹਨਾਂ ਨਾਲ ਵੀ ਪਟਿਆਲਾ ਪੈਕ ਮਾਰੂੰਗਾ। ਸੀਨੀਅਰ ਨੇਤਾ ਵੇ ਆਪਣੇ ਬੇਟੇ ਸੰਨੀ ਦਿਓਲ ਕੇ ਚੁਣਾਵ ਪ੍ਰਚਾਰ ਮੇ ਜੁਟੇ ਹੋਏ ਧਰਮਿੰਦਰ ਅਬ ਲੋਗੋਂ ਕੇ ਕਾਮ ਕਰਵਾਣੇ ਕੇ ਲਿਏ ਕੈਪਟਨ ਅਮਰਿੰਦਰ ਸਿੰਘ ਸੇ ਪਟਿਆਲਾ ਪੈਗ ਲਗਾਤੇ ਦਿਖਾਈ ਦੇ ਤੋ ਹੈਰਾਨ ਮਤ ਹੋਣਾ। ਜੀ ਹਾਂ, ਯੇ ਕਹਿਣਾ ਹੈ ਖੁਦ ਧਰਮਿੰਦਰ ਕਾ। ਧਰਮਿੰਦਰ ਨੇ ਬਟਾਲਾ ਮੇ ਚੁਣਾਵੀ ਮੰਚ ਪਰ ਕਹਾ ਕਿ ਲੋਗੋਂ ਕੇ ਕਾਮ ਕਰਵਾਣੇ ਕੇ ਲਿਏ ਵਹਿ ਕੇਂਦਰ ਤੱਕ ਜਾਏਂਗੇ ਔਰ ਪੰਜਾਬ ਕੇ ਕਾਮ ਕਰਵਾਣੇ ਕੇ ਲਿਏ ਕੈਪਟਨ ਅਮਰਿੰਦਰ ਸਿੰਘ ਕੇ ਸਾਥ ਪਟਿਆਲਾ ਪੈਗ ਮਾਰ ਕਰ ਲੋਗੋਂ ਕੇ ਕਾਮ ਕਰਵਾ ਦੇਂਗੇ ਕਿਉਂਕਿ ਉਨਕੀ ਕੈਪਟਨ ਅਮਰਿੰਦਰ ਕੇ ਸਾਥ ਖਾਸੀ ਦੋਸਤੀ ਹੈ। ਵਹੀਂ ਧਰਮਿੰਦਰ ਆਪਣੇ ਬੇਟੇ ਸੰਨੀ ਦਿਓਲ ਕੇ ਚੁਣਾਵ ਪ੍ਰਚਾਰ ਮੇ ਜੁਟੇ ਹੋਏ ਥੇ। ਵਹੀਂ ਜਿਸ ਤਰ੍ਹਾਂ ਉਨ੍ਹੋਂਨੇ ਯੇ ਬਾਤ ਕਹੀ, ਤੁਹਾਡੀਆਂ ਮੰਗਾਂ ਵੀ ਪੂਰੀਆਂ ਕਰਾਵਾਂਗਾ, ਜਾਇਜ਼ ਮੰਗਾਂ। ਕੈਪਟਨ ਸਾਹਿਬ ਨਾਲ ਵੀ ਮੇਰੀ ਦੋਸਤੀ ਹੈ, ਉਹਨਾਂ ਨਾਲ ਵੀ ਪਟਿਆਲਾ ਪੈਕ ਮਾਰੂੰਗਾ। ਉਹਨਾਂ ਨੂੰ ਸਾਡੇ ਨੂੰ ਪਿਆਰ ਕਰਦੇ ਸਭ ਮੇਰੇ ਨੇ, ਮੈਨੂੰ ਪਤਾ ਕਿੱਥੋਂ ਕਿਵੇਂ ਮੁਹੱਬਤ ਨਾਲ। ਕੋਈ ਇੱਕ ਅੱਧਾ ਵੀ ਮੇਰੇ ਤੋਂ ਹਾਰ ਤੋਂ ਜ਼ਿਆਦਾ ਹੋਇਆ, ਉਹਨੂੰ ਮੱਥਾ ਵੀ ਟੇਕ ਦਿੰਦਾ। ਐਂ ਲੱਗਦਾ ਆਪਣੇ ਟੱਬਰ 'ਚ ਆ ਗਿਆ ਯਾਰ, ਸਭ ਆਪਣੇ ਲੱਗਦੇ। ਮੈਂ ਤਾਂ ਲੱਗਦਾ ਇੱਥੇ ਰਹਿਣਾ ਗਿਆ। ਸਾਨੂੰ ਖਾਵਾਂਗੇ ਮੱਖਣ ਨਾ ਪਾਵਾ, ਮੱਖਣ ਪਾ ਦੇ। ਹਾਂਜੀ, ਚੱਕ ਦੀਏ ਕਿੰਨਾ ਵੀ ਬੰਬੇ ਰਹਿ ਲਾ ਕਿੱਡੀ, ਲੇਕਿਨ ਆਪਣੀ ਬੇਬੇ ਤਾਂ ਯਾਦ ਆ ਜਾਂਦੀ ਹੈ। ਇਹ ਮੇਰੀ ਬੇਬੇ ਹੈ ਪੰਜਾਬ, ਐਸੀ ਗੱਲ ਨੀ। ਮੁੰਡਾ ਮੇਰਾ ਸ਼ੇਰ ਆ, ਇੱਥੇ ਕਹਿੰਦੇ ਜੀ ਉਹ ਬੜਾ ਸਿੱਧਾ ਹੈ, ਉਹਨੂੰ ਤਾਂ ਬੋਲਣਾ ਨਹੀਂ ਆਉਂਦਾ। ਉਹ ਸਿੱਧੇ ਬੰਦੇ ਹੀ ਸੇਵਾ ਕਰਦੇ ਆ, ਟੱਡੇ ਤਾਂ ਲੈ ਜਾਂਦੇ ਨੇ ਕੋਈ ਗੱਲ ਕਰਕੇ। ਜਾਗਰਤੀ ਲਹਿਰ ਕੇ ਲਈ ਬਟਾਲਾ ਸੇ ਵਿੱਕੀ ਮਲਿਕ ਦੀ ਰਿਪੋਰਟ।